ਤੇ ਇਹਨਾਂ ਨੇ ਜਦੋਂ ਮੈਨੂੰ ਕਰੈਕਟਰ ਦੱਸਿਆ ਇਹਦਾ ਹੀ ਆਪਣੇ ਯੈਂਕੀ ਦਾ ਵੀ ਐਂ ਕਰਕੇ ਇੱਕ ਰਾਜਸਥਾਨੀ ਮਤਲਬ ਉਦਾਂ ਦਾ, ਮੈਂ ਉਹ ਚੀਜ਼ਾਂ ਨੂੰ ਸੋਚਿਆ, ਮੈਂ ਕਿਹਾ ਯਾਰ ਰਾਜਸਥਾਨ ਦੇ ਇੱਕ ਤਾਂ ਬੰਦੇ ਥੋੜ੍ਹਾ ਜਿਹਾ ਮਿਹਨਤ ਵਾਲੇ ਨੇ ਵੀ ਜਾਂ ਉਹ ਲੀਡ ਮੈਂ ਇਹਦੇ ਹੀ ਡਾਇਲੋਗ ਹੈ, ਨਵੇਂ ਸਟਾਰਟਿੰਗ ਦਾ ਹੀ ਹੈ। ਤੋ ਸਪੀਕਰ ਕਿਹੜਾ ਬੰਦ ਕਰਿਓ ਹੈ, ਕਿਹਨੇ ਕਰਿਓ ਹੈ ਸਪੀਕਰ ਬੰਦ? ਟ੍ਰੇਨ ਕਰੋ ਇਹਦੇ 'ਚ ਪੁਲਿਸ ਵਾਲੇ ਦਾ ਕੈਰੈਕਟਰ ਹੈਗਾ ਮੇਰਾ, ਜਿੱਦਾਂ ਪੁਲਿਸ ਵਾਲੇ ਹੁੰਦੇ ਆ ਉਹ ਥੋੜੇ ਜਿਹੇ ਆਈ ਥਿੰਕ ਸ਼ੱਕੀ ਜਿਹੇ ਲੋਕ ਹੁੰਦੇ ਆ, ਉਹ ਆਪਦੇ ਘਰ ਵੀ ਮੈਨੂੰ ਲੱਗਦਾ ਕੋਈ ਰਿਸ਼ਤੇਦਾਰ ਆਉਂਦਾ ਉਹਨੂੰ ਵੀ ਐਂ ਦੇਖੀ ਜਾਂਦਾ ਵੀ ਸਾਡੇ ਪਿੰਡ ਦੇ ਨੇੜੇ ਅਸਲ 'ਚ ਜਿਹੜੇ ਰਿਐਲਿਟੀ 'ਚ ਹੈਗੇ ਆ, ਤੇ ਉੱਥੇ ਅਸੀਂ ਸਕਰੀਨ ਤੇ ਮਿਲੇ ਨੀ ਹੈਗੇ, ਜੇ ਮਿਲੇ ਹੁੰਦੇ ਤਾਂ ਫਿਰ ਇੱਕ ਅੱਧਾ ਇਨਕਾਊਂਟਰ ਸ਼ਾਇਦ ਹੋ ਜਾਣਾ ਸੀ। ਅੱਗੇ ਬਹੁਤ ਕੁਛ ਈਵਨ ਜਦੋਂ ਟ੍ਰੇਲਰ ਆਇਆ ਸਟਾਰਟਿੰਗ ਉਦੋਂ ਲੋਕ ਕਹਿੰਦੇ ਸੀ ਕੁਛ ਵਾਰਨਿੰਗ ਟਾਈਪ ਹੈਗੀ ਵੀ ਜਿਵੇਂ ਉਹਨਾਂ ਦੇ ਵੱਡੇ ਬ੍ਰਦਰ ਨੇ ਗੁਰਜੀਤ ਬਾਈ ਦੇ ਅਮਰ ਹੁੰਦਲ ਨੇ ਉਦਾਂ ਦਾ ਸਿਨੇਮਾ ਇੱਕ ਸੈੱਟ ਕਰਤਾ, ਅਸੀਂ ਮੈਂ ਉਹਨੂੰ ਡ੍ਰੌਪ ਕਰਨ ਚੱਲਿਆ ਕਿਤੇ ਤੇ ਸਾਡੀ ਕਨਵਰਸੇਸ਼ਨ ਆਪਸ ਚ, ਤੇ ਉੱਥੇ ਅਸੀਂ ਰੁਕ ਗਏ, ਉੱਥੇ ਗਰਮੀ ਬਹੁਤ ਸੀਗੀ ਰੇਗਿਸਤਾਨ ਚ ਹੋਇਆ ਬੀਕਾਨੇਰ ਸਾਈਡ ਤੇ, ਤੇ ਬਾਈ ਗਏ ਬੇਰ ਖਾਨ ਤੇ ਉੱਥੇ ਕੁਝ ਗੱਲਾਂ ਹੋਈਆਂ। ਰਾਤ ਨੂੰ ਸਾਡਾ ਸ਼ੂਟ ਕੰਪਲੀਟ ਹੋ ਗਿਆ, ਮੰਨ ਲਓ ਅੱਜ ਸਵੇਰੇ ਉੱਠੇ ਹਾਂ ਅਸੀਂ, ਸਵੇਰੇ 6 ਦੀ ਉੱਠਦੇ ਸੀ, ਨੀਂਦ ਘੱਟ ਪੂਰੀ ਹੋਈ, ਪਰ ਇੰਨੀ ਵਧੀਆ ਜਦੋਂ ਆਪਣੀ ਮਨ ਪਸੰਦੀਦਾ ਤੁਸੀਂ ਲਾਈਨ 'ਚ ਕੰਮ ਕਰ ਰਹੇ ਹੋ ਤਾਂ ਨੀਂਦ ਮਾਇਨੇ ਰੱਖਦੀ ਸ਼ਾਇਦ, ਉਹ ਤਾਂ ਉਹਨਾਂ ਨਾਲ ਮੂੰਹੋਂ ਚੰਗੀ ਗੱਲ ਕਰੀ ਦੀ ਹੁੰਦੀ ਹੈ। ਨਹੀਂ 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 ਜਾਣਾ, ਨਹੀਂ ਜਾਣਾ ਤਾਂ ਨਹੀਂ ਜਾਣਾ, ਉਹ ਭਰਾਵਾ ਮੰਨ ਗਿਆ ਯਾਰ, ਪਾਪੇ ਨੂੰ ਪੁੱਛ ਲਾ ਪਹਿਲਾਂ ਫਿਰ ਦੇਖ ਲਾਂਗੇ, ਪਾਪਾ ਮੰਨਦਾ ਨਹੀਂ ਬਾਈ। ਯੈਂਕੀ ਦੇਖ ਲੈਂਦੇ ਫਿਰ ਰੈੱਡ ਤੇ ਜ਼ਰੂਰ ਜਨਾਬ, ਚੱਲਦੇ ਹੋ ਗਈ ਹੋ ਗਈ ਪੂਰੀ ਹੋ ਗਈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੇ ਆਪਾਂ ਅੱਜ ਫਿਰ ਬੈਠੇ ਹਾਂ ਯੈਂਕੀ ਉਹਨਾਂ ਦੇ ਨਾਲ। ਭਾਜੀ ਕਿੱਦਾਂ ਹਾਲ? ਬਹੁਤ ਵਧੀਆ, ਤੁਸੀਂ? ਹਾਲ ਕਿਰਪਾ ਜੀ, ਬਸ ਮਾਲਕ ਦੀ ਰੱਬ ਦੀ, ਜਿੰਦੇ ਆ ਬਸ, ਵਧੀਆ ਚੱਲ ਰਿਹਾ, ਸਾਹ ਚੱਲ ਰਹੇ ਆ ਤਾਂ ਕਿਰਪਾ ਜੀ। ਬਈ ਨਰਵਸ ਕਿਉਂ? ਨਹੀਂ ਕਰੈਕਟਰ ਯੂ ਰੱਖ ਰਹੀ ਹੈ ਉਹ, ਫਿਰ ਉਹ ਹੀ ਫੀਲ ਲੈ ਕੇ ਆਇਆ ਤੁਸੀਂ ਬਿਲਕੁਲ ਭਾਈ, ਆਪਾਂ ਇੱਥੇ ਨੂੰ ਬਸ ਇੱਕ ਤੋਂ ਬਾਹਰ ਆ ਚੁੱਕੇ ਹੋ। ਮੈਨੂੰ ਮਸਕੁਲਰ ਬੋਡੀ ਚਾਹੀਦੀ ਆ, ਠੀਕ ਹੈ, ਕਿੰਨੀ ਕਰ ਸਕਦੇ ਹੋ? ਕਰੋਗੇ? ਹਾਂਜੀ, ਮੈਂ ਵੀਰੇ ਇਸ ਤਰ੍ਹਾਂ ਕਰਦਾ ਹੀ ਆ, ਮੈਂ ਹੁਣ ਆਪਦੇ ਆਪ ਨੂੰ ਥੋੜਾ ਜਿਹਾ ਪਹਿਲਾਂ ਨਾਲੋਂ ਲੀਨ ਕਰਿਆ ਗਾ। ਲੀਨ ਕਰਿਆ? ਹਾਂਜੀ। ਅੱਛਾ, ਤੇ ਮਤਲਬ ਬੱਬਰ ਦਾ ਪਹਿਲਾਂ ਮੈਂ ਮੂਵੀ ਕਰੀ ਸੀ, ਉਹਦੇ ਚ ਕਾਫੀ ਮਤਲਬ ਫੈਟੀ ਸੀਗਾ, ਤੇ ਇਹਨਾਂ ਨੇ ਜਦੋਂ ਮੈਨੂੰ ਕਰੈਕਟਰ ਦੱਸਿਆ ਇਹਦਾ ਹੀ ਆਪਣੇ ਯੈਂਕੀ ਦਾ ਵੀ ਐਂ ਕਰਕੇ ਇੱਕ ਰਾਜਸਥਾਨੀ ਮਤਲਬ ਉਦਾਂ ਦਾ, ਮੈਂ ਉਹ ਚੀਜ਼ਾਂ ਨੂੰ ਸੋਚਿਆ, ਮੈਂ ਕਿਹਾ ਯਾਰ ਰਾਜਸਥਾਨ ਦੇ ਇੱਕ ਤਾਂ ਬੰਦੇ ਥੋੜਾ ਜਿਹਾ ਮਿਹਨਤ ਵਾਲੇ ਨੇ ਵੀ ਜਾਂ ਉਹ ਲੀਨ ਹੁੰਦੇ, ਲੀਨ ਜੇ ਹੁੰਦੇ ਨੇ ਪਤਲੇ ਸੁੱਕੜ ਜੇ ਚੀੜੇ ਜੇ ਹੁੰਦੇ ਨੇ, ਤੇ ਫਿਰ ਉਹ ਤੋਂ ਮਕੈਨਿਕ ਦਾ ਕਰੈਕਟਰ ਮੈਂ ਉਦੋਂ ਤੋਂ ਹੀ ਲੱਗਿਆ ਹੋਇਆ ਗਾ ਇਸ ਚੀਜ਼ ਤੇ ਵੀ ਕਿੰਨੀ ਕੁ ਚੜਾਹਟ ਆਈ ਆਪਣੇ ਚ। ਨਹੀਂ ਉਹ ਤਾਂ ਖਰ ਕਰੀ ਹੈ, ਖਰ ਕਾਫੀ ਕੰਮ ਤਾਂ ਕਰਿਆ ਆਪਦੇ ਤੇ, ਇਹਨਾਂ ਨੂੰ ਖਰ ਠੀਕ ਵੀ ਲੱਗਿਆ ਵੀ ਹਾਂ ਸਾਨੂੰ ਇਦਾਂ ਦਾ ਚਾਹੀਦਾ ਸੀਗਾ, ਮੈਂ ਫੇਸ ਵਗੈਰਾ ਕਾਫੀ ਪਾ ਲਵਾਂ ਪਹਿਲਾਂ ਨਾ ਉਹ ਕਰੇ। ਤੇ ਲੈਂਗੁਏਜ ਦੀ ਕਿੰਨੀ ਪ੍ਰੋਬਲਮ ਹੈ? ਕਿਉਂਕਿ ਜੇ ਆਪਾਂ ਰਾਜਸਥਾਨੀ ਦੇ ਵਿੱਚ ਰਹਿੰਦਾ ਕੋਈ ਵੀ, ਜਿੱਦਾਂ ਹੁਣ ਤੁਸੀਂ ਰਾਜਸਥਾਨੀ ਕਰੈਕਟਰ ਪਲੇ ਕਰ ਰਹੇ ਹੋ, ਉਹ ਥੋੜੇ ਜਿਹਾ ਲੈਂਗੁਏਜ ਵਿੱਚ ਦੇਣਾ ਪੈਂਦਾ, ਉੱਥੇ ਕਿੰਨੀ ਕੁ ਆਪਾਂ ਨੂੰ ਪ੍ਰੋਬਲਮ ਆਈ? ਪ੍ਰੋਬਲਮ ਵੈਸੇ ਤਾਂ ਕੋਈ ਨੀ ਆਈ ਵੀਰੇ, ਕਿਉਂਕਿ ਨਹੀਂ ਡਬਿੰਗ ਚ ਵੀ ਨੀ ਕਰੀ, ਉੱਥੇ ਮੈਂ ਤਾਂ ਆਪਦੇ ਵੱਲੋਂ ਕੰਮ ਕੀਤਾ ਪਹਿਲਾਂ ਹੀ, ਮਤਲਬ ਜਦੋਂ ਇਹਨਾਂ ਨੇ ਦੱਸਿਆ ਵੀ ਰਾਜਸਥਾਨ ਦਾ ਆਏ ਆ, ਆਪਾਂ ਨੂੰ ਡਾਇਲੋਗ ਥੋੜੀ ਜਿਹੀ ਰਾਜਸਥਾਨੀ ਚਾਹੀਦੇ ਹੋਣਗੇ, ਤੇ ਮੈਂ ਇਹਨਾਂ ਤੋਂ ਸਕ੍ਰਿਪਟ ਉਦਾਂ ਮੈਂ ਆਖਿਆ, ਮੈਂ ਵੀ ਸਾਰੇ ਡਾਇਲੋਗ ਤੁਸੀਂ ਮੈਨੂੰ ਦਿਓ, ਤੇ ਮੈਂ ਰਾਤੇ ਰਾਤ ਯਾਰ ਦੋਸਤ ਮਿੱਤਰ ਉਧਰ ਹੈ ਰਾਜਸਥਾਨ ਦੇ, ਉਹਨਾਂ ਨੂੰ ਮੈਂ ਭੇਜੀ, ਉਹਨਾਂ ਨੇ ਮੈਨੂੰ 3-4 ਘੰਟਿਆਂ ਬਾਅਦ ਮਤਲਬ ਡਾਇਲੋਗ ਸਾਰੇ ਉਸ ਚ ਕਰਕੇ ਰਾਜਸਥਾਨੀ ਚ ਹਾਂ ਲਿਖ ਕੇ ਉਹਨਾਂ ਨੇ ਭੇਜਦੇ। ਹੁਣ ਮੈਂ ਜਦੋਂ ਉਹ ਪੜ੍ਹੇ ਸਾਰਾ, ਮੈਨੂੰ ਦਿਨ ਤਾਂ ਕੁਛ ਲੱਗੇ ਉਸ ਚੀਜ਼ ਨੂੰ, ਥੋੜਾ ਡਿਫਿਕਲਟ ਲੱਗਾ ਪਹਿਲਾਂ ਤਾਂ ਮੈਂ ਉਸ ਚੀਜ਼ ਦਾ ਰੱਟਾ ਮਤਲਬ ਹਾਂ ਵੀ ਦਿਮਾਗ ਇੱਕ ਵਾਰੀ ਜੀਭ ਤੇ ਚੱਲ ਸਹੀ, ਜੀਭ ਮੁੜੇ ਉਵੇਂ ਖਾਵੇ, ਤੇ ਫਿਰ ਹੌਲੀ ਹੌਲੀ ਉਸ ਚੀਜ਼ ਨੂੰ ਆਪਾਂ ਫੀਲ ਚ ਲੈ ਕੇ ਆਏ ਵੀ ਇਹਦਾ ਫੀਲ ਕੀ ਹੈ, ਏਦਾਂ ਆਪਾਂ ਇਸ ਚੀਜ਼ ਨੂੰ ਘੁਮਾ ਸਕਦੇ ਹਾਂ, ਤੇ ਉਹ ਕੰਮ ਕੀਤਾ ਸਾਰਾ। ਤੇ ਜਿੱਦਾਂ ਹੁਣ ਮਕੈਨਿਕ ਦਾ ਕਰੈਕਟਰ ਸੀ, ਮੈਂ ਉੱਥੇ ਪਿੰਡ ਹੁੰਦਾ ਸੀਗਾ ਤੇ ਮੈਂ ਘੰਟੇ 2 ਘੰਟਿਆਂ ਲਈ ਮਕੈਨਿਕ ਦੀ ਦੁਕਾਨ ਤੇ ਵਗ ਜਾਂਦਾ ਹੁੰਦਾ, ਤੇ ਉੱਥੇ ਬੈਠੇ
ਬੁਲਾਉਣਾ ਉਹਨਾਂ ਨੂੰ ਕੁਛ ਨੀ, ਬਸ ਬੈਠੇ ਦੂਰੋਂ ਦੇਖੀ ਜਾਣਾ ਵੀ ਅੱਛਾ ਇਹਨੇ ਆਹ ਕੰਮ ਹੈ, ਅੱਛਾ ਏਦਾਂ ਦੇ ਗਾਣੇ ਜੇ ਚੱਲਦੇ ਨੇ ਇਹਨਾਂ ਦੇ, ਆਹ ਐਵੇਂ ਜੇ ਮਾਹੌਲ ਜਿਹਾ ਰੱਖਦੇ ਨੇ ਇਹ ਵੀ ਕੋਈ ਆਉਂਦਾ ਕੰਮ ਕਰਦੇ ਕਰਦੇ ਉਹਦੇ ਨਾਲ ਐਵੇਂ ਗੱਲ, ਇਨਵਾਇਰਮੈਂਟ ਅਬਜ਼ਰਵ ਕੀਤਾ ਪੂਰਾ, ਚਾਹ ਆ ਗਈ ਜਾਂ ਜੋ ਵੀ, ਮਤਲਬ ਕਿਹਾ ਨੀ ਮਕੈਨਿਕ ਨੂੰ ਮੈਂ ਖੋਲਦਾ ਗੱਡੀ ਨਹੀਂ, ਚਲੋ ਬਾਕੀ ਮਤਲਬ ਏਦਾਂ ਚੀਜ਼ਾਂ ਮਾਹੌਲ ਥੋੜਾ ਜਿਹਾ ਆਪਦੇ ਆਪ ਨੂੰ ਉਵੇਂ ਰੱਖਿਆ। ਤੇ ਫਿਰ ਇਹਨਾਂ ਨੇ ਸ਼ੂਟ ਤੇ ਜਾ ਕੇ ਸਮਾਂ ਦੀ ਇਹਨਾਂ ਨੂੰ ਥੋੜੀ ਜਿਹੀ ਪ੍ਰੋਬਲਮ ਹੋਈ, ਇਹ ਮੈਨੂੰ ਕਹਿੰਦੇ ਕਹਿੰਦੇ ਵੀ ਮੈਂ ਜਦੋਂ ਉੱਥੇ ਰਾਜਸਥਾਨੀ ਦੇ ਡਾਇਲੋਗ ਪ੍ਰੋਪਰ ਹੋਣ ਲੱਗ ਗਏ, ਸਮਝ ਘੱਟ ਆਉਣ ਲੱਗ ਗਈ, ਇਹ ਮੈਨੂੰ ਕਹਿੰਦੇ ਵੀ ਐਂ ਕਰਕੇ ਆਪਾਂ ਥੋੜਾ ਜਿਹਾ ਪੰਜਾਬੀ ਚ ਰੱਖੀਏ, ਤੇ ਪੰਜਾਬੀ ਚ ਹੁਣ ਬੋਲਦੇ ਜਦੋਂ ਉਹ ਨਹੀਂ ਬਣਦੀ ਗੱਲ, ਫਿਰ ਰਾਜਸਥਾਨੀ ਚ ਬੋਲਿਆ ਜਾਇਆ ਕਰੇ। ਦੋ ਤਿੰਨ ਵਾਰੀ ਹੋਇਆ ਮੈਂ ਕਿਹਾ ਹੁਣ ਨਹੀਂ ਪੰਜਾਬੀ ਚ ਬੋਲਿਆ ਜਾਂਦਾ, ਹੁਣ ਤਾਂ ਰਾਜਸਥਾਨੀ ਚੱਲੂਗੀ, ਥੋੜਾ ਬਹੁਤ ਰਾਜਸਥਾਨੀ ਬੋਲ ਕੇ ਦਿਖਾਓ ਫਿਰ। ਮੈਂ ਇਸੇ ਦਾ ਡਾਇਲੋਗ ਹੁਣ ਤਾਂ ਥੋੜਾ ਜਿਹਾ ਉਹਦੇ ਚ ਬਾਹਰ ਆ ਗਏ, ਤੇ ਮੈਂ ਇਹਦਾ ਹੀ ਡਾਇਲੋਗ ਹੈ ਐਵੇਂ ਸਟਾਰਟਿੰਗ ਦਾ ਹੀ ਹੈ। ਉਹ ਸਪੀਕਰ ਕਿਹੜਾ ਬੰਦ ਕਰਿਓ ਹੈ, ਕਿਹਨੇ ਕਰਿਓ ਹੈ ਸਪੀਕਰ ਬੰਦ? ਤੇ ਆਪਾਂ ਆਪਣੇ ਕੈਰੇਕਟਰ ਦੀ ਗੱਲ ਕਰੀਏ ਭਾਈ, ਥੋੜਾ ਆਪਣਾ ਕੈਰੇਕਟਰ ਐਕਸਪਲੇਨ ਕਰੋ। ਇਹਦੇ ਚ ਪੁਲਿਸ ਵਾਲੇ ਦਾ ਕੈਰੇਕਟਰ ਹੈਗਾ ਮੇਰਾ, ਜਿੱਦਾਂ ਪੁਲਿਸ ਵਾਲੇ ਹੁੰਦੇ ਆ ਉਹ ਥੋੜੇ ਜੇ ਆਈ ਥਿੰਕ ਸ਼ੱਕੀ ਜੇ ਲੋਕ ਹੁੰਦੇ ਆ, ਉਹ ਆਪਦੇ ਘਰ ਵੀ ਮੈਨੂੰ ਲੱਗਦਾ ਕੋਈ ਰਿਸ਼ਤੇਦਾਰ ਆਉਂਦਾ ਉਹਨੂੰ ਵੀ ਐਂ ਦੇਖੀ ਜਾਂਦਾ ਵੀ ਕੰਮ ਕੀ ਹੈ ਇੱਥੇ, ਕਿਉਂਕਿ ਪ੍ਰੋਫੈਸ਼ਨ ਹੁੰਦਾ ਤਾਂ ਅਸਲੀ ਜ਼ਿੰਦਗੀ ਚ ਆ ਜਾਂਦਾ, ਜਿਹੜੀ ਮੇਰੀ ਆਬਜ਼ਰਵੇਸ਼ਨ ਸੀਗੀ। ਤੇ ਉਹ ਤੋਂ ਬਾਅਦ ਤੁਸੀਂ ਦੋ ਐਪੀਸੋਡ ਦੇਖ ਚੁੱਕੇ ਹੋ, ਬਾਕੀ ਅੱਗੇ ਚੀਜ਼ਾਂ ਸਸਪੈਂਸ ਨੇ, ਤੇ ਬਾਕੀ ਤੁਸੀਂ ਦੱਸੋਗੇ ਕੈਰੈਕਟਰ ਕਿੱਦਾਂ ਦਾ ਲੱਗਾ ਹੈਗਾ। ਤੇ ਕਿੰਨੇ ਕਿੰਨੇ ਅਰੈਸਟ ਕਰਦੇ ਹੋ ਉਹਦੇ ਵਿੱਚ? ਅਰੈਸਟ ਨਹੀਂ ਮੈਂ ਕਰਦਾ, ਐਕਚੁਅਲ ਚ ਮੈਂ ਵਾਰਨ ਕਰਦਾ ਉਹਦੇ ਚ। ਅੱਛਾ, ਇਨ ਕੰਫੀਡੈਂਸ ਦਾ? ਨਹੀਂ ਨਹੀਂ, ਵਾਰਨ ਕਰਦਾ, ਮੈਂ ਵਾਰਨ ਕਰਦਾ ਵੀ ਉਹਨੂੰ ਵੀ ਆਹ ਚੀਜ਼ਾਂ ਹੈਗੀਆਂ, ਤੂੰ ਇਹਦੇ ਤੋਂ ਬਚ ਕੇ ਰਹੀ। ਇਨਕਾਊਂਟਰ ਤਾਂ ਮੈਂ ਇੱਕ ਅੱਧਾ ਕਰ ਦੇਣਾ ਸੀ ਬਸ, ਮੈਂ ਇੱਕ ਵਾਰੀ ਇਹਨਾਂ ਦੇ ਸਾਡੇ ਰੂਬਰੂ ਹੁੰਦੇ ਹਾਂ, ਵੈਸੇ ਅਸੀਂ ਸੀਰੀਜ਼ ਚ ਪੂਰੀ ਕਿਤੇ ਮਿਲੇ ਨੀ ਹੈਗੇ। ਅੱਛਾ, ਤੇ ਵੈਸੇ ਸਾਡੇ ਪਿੰਡ ਦੇ ਨੇੜੇ ਅਸਲ ਚ ਜਿਹੜੇ ਰਿਐਲਿਟੀ ਚ ਹੈਗੇ ਆ, ਤੇ ਉੱਥੇ ਅਸੀਂ ਸਕਰੀਨ ਤੇ ਮਿਲੇ ਨੀ ਹੈਗੇ, ਜੇ ਮਿਲੇ ਹੁੰਦੇ ਤਾਂ ਫਿਰ ਇੱਕ ਅੱਧਾ ਇਨਕਾਊਂਟਰ ਸ਼ਾਇਦ ਹੋ ਜਾਣਾ ਸੀ। ਚੌਪਾਲ ਵੀ ਹੈ, ਐਮਾਜ਼ਾਨ ਪ੍ਰਾਈਮ, ਕਈ ਚਲੋ ਨਵੇਂ ਓਟੀਟੀ ਪਲੇਟਫਾਰਮ ਵੀ ਆ ਗਏ ਹੈਗੇ ਨੇ, ਤੇ ਯੂਟਿਊਬ ਕਿਉਂ ਚੂਜ਼ ਕੀਤਾ ਗਿਆ? ਕਿਤੇ ਨਾ ਕਿਤੇ ਤਾਂ ਗੱਲ ਆਈ ਹੋਣੀ ਹੈ ਕਿ ਬਈ ਇਹ ਯੂਟਿਊਬ ਹੀ ਕਿਉਂ? ਹੁਣ ਕਈ ਵਾਰੀ ਸ਼ਾਇਦ ਮੇਰਾ ਜੋ ਮੰਨਣਾ ਹੈ, ਸ਼ਾਇਦ ਉਹ ਗਲਤ ਹੈ ਜਾਂ ਸਹੀ ਹੈ, ਕਈ ਵਾਰੀ ਅੱਛਾ ਸਿਨੇਮਾ ਆਉਂਦਾ ਹੈਗਾ, ਹਰ ਇੱਕ ਯੂਟਿਊਬ ਤੇ ਹਰ ਕੋਈ ਪਹੁੰਚ ਜਾਂਦਾ, ਹਰ ਕਿਸੇ ਨੂੰ ਪਤਾ ਹੈ। ਉਦਨ ਮੈਂ ਇੱਕ ਵਾਰੀ ਪਿੱਛੇ ਜੇ ਲਾਸਟ ਟਾਈਮ ਮੈਂ ਮੁੰਬਈ ਰੁਕਿਆ ਹਾਂ, ਤਾਂ ਮੈਂ ਬੀਚ ਦੇ ਨਾਲ ਨਾਲ ਤੁਰ ਕੇ ਆ ਰਿਹਾ, ਇੱਕ ਮਛੁਆਰੇ ਜਿਹੜੇ ਹੁੰਦੇ ਆ, ਇੱਕ ਆਂਟੀ ਸੀਗੇ 45-50 ਸਾਲ ਦੇ, ਉਹ ਸ਼ਾਇਦ ਰੋਟੀਆਂ ਬਣਾ ਕੇ ਫ੍ਰੀ ਹੋਏ ਹੋਣੇ ਸ਼ਾਮ ਦੇ ਟਾਈਮ, ਉਹ ਬੈਠੇ ਨਾ ਐਂ ਕਰਕੇ, ਉਹਨੇ ਫੋਨ ਵੀ ਐਂ ਫੜਿਆ ਹੋਇਆ ਤੇ ਐਂ ਕਰਕੇ ਇੰਸਟਾਗ੍ਰਾਮ ਸਕਰੋਲ ਕਰ ਰਹੇ ਸੀ ਉਹ। ਅੱਛਾ, ਯੂਟਿਊਬ, ਕਿਆ ਬਾਤ ਹੈ! ਉੱਥੋਂ ਮੈਨੂੰ ਸਮਝ ਆਈ ਕਿ ਆਹ ਚੀਜ਼ਾਂ ਯੂਟਿਊਬ ਤੇ ਕਿਉਂ ਪਾਈਆਂ ਜਾਂਦੀਆਂ, ਕਿਉਂਕਿ ਉਹਨਾਂ ਦੀ ਆਡੀਅੰਸ ਉਹ ਹੈ ਵੀ ਯੂਟਿਊਬ ਤੇ ਹਰ ਕੋਈ ਪਹੁੰਚ ਜਾਂਦਾ, ਸ਼ਾਇਦ ਆਮ ਬੰਦਾ ਇੱਕ ਐਮਐਕਸ ਪਲੇਅਰ, ਨੈਟਫਲਿਕਸ, ਐਮਾਜ਼ਾਨ ਇਹਨਾਂ ਤੇ ਨਹੀਂ ਪਹੁੰਚ ਪਾਉਂਦਾ ਹੈਗਾ, ਤਾਂ ਕਰਕੇ ਆਹ ਬਹੁਤ ਵਧੀਆ ਪਲੇਟਫਾਰਮ ਹੈਗਾ ਜਿੱਥੇ ਆਡੀਅੰਸ ਨੂੰ ਮਿਲ ਪੈਂਦੀ ਹੈ ਤੇ ਵਧੀਆ ਚੀਜ਼ ਉਹ ਦੇਖ ਸਕਦੇ ਨੇ ਬੜੇ ਸੌਖੇ ਤਰੀਕੇ ਨਾਲ। ਤੇ ਸੀਰੀਜ਼ ਦੇ ਵਿੱਚ ਹਜੇ ਤੱਕ ਦੂਜੇ ਐਪੀਸੋਡ ਤੱਕ ਤੁਸੀਂ ਆਪਸ ਵਿੱਚ ਮਿਲੇ ਨਹੀਂ ਹੈਗੇ ਉੱਥੇ, ਠੀਕ ਹੈ, ਤੇ ਅੱਗੇ ਦਾ ਮਿਲੋਗੇ ਤੁਸੀਂ ਕਿਤੇ? ਹੋਊਗੀ ਟ੍ਰੇਲਰ ਆਏ ਸਟਾਰਟਿੰਗ, ਜਦੋਂ ਲੋਕ ਕਹਿੰਦੇ ਸੀ ਕੁਛ ਵਾਰਨਿੰਗ ਟਾਈਪ ਹੈਗੀ ਵੀ ਜਿਵੇਂ ਉਹਨਾਂ ਦੇ ਵੱਡੇ ਬ੍ਰਦਰ ਨੇ ਗੁਰਜੀਤ ਬਾਈ ਦੇ, ਅਮਰ ਹੁੰਦਲ ਨੇ ਓਦਾਂ ਦਾ ਸਿਨੇਮਾ ਇੱਕ ਸੈੱਟ ਕਰਤਾ ਬੈਂਚ ਮਾਰਕ, ਕਿ ਕੋਈ ਮੈਮੋਰੀਅਲ ਮੂਮੈਂਟ ਦੱਸੋ ਸੈੱਟ ਤੇ ਜਿਹੜੀ ਹੋਈ ਹੋਵੇ, ਕਈ ਵਾਰ ਨਾ ਹੁੰਦੀ ਆ ਹਮੇਸ਼ਾ, ਮਤਲਬ ਏਦਾਂ ਦੀ ਹੁੰਦੀ ਹੈ ਕਿ ਬਈ ਇਹ ਚੀਜ਼ ਯਾਦ ਰਹਿਣੀ ਆ, ਹੁੰਦੀ ਫਨ ਵਾਲੀ ਆ, ਫਨ ਵਾਲੀ ਤਾਂ ਉਹਨੇ ਜਿਵੇਂ ਸਾਡੇ ਜਿਵੇਂ ਚੀਮੇ ਬਾਈ ਨੂੰ ਵੇਰ ਬਹੁਤ ਖਾਣੇ ਪਸੰਦ ਆ, ਸਾਡਾ ਇੱਕ ਪਾਰਟ ਹੈਗਾ ਗੱਡੀ ਚ, ਅਸੀਂ ਮੈਂ ਉਹਨੂੰ ਡ੍ਰੌਪ ਕਰਨ ਚੱਲਿਆ ਕਿਤੇ, ਤੇ ਸਾਡੀ ਕਨਵਰਸੇਸ਼ਨ ਆਪਸ ਚ, ਤੇ ਉੱਥੇ ਅਸੀਂ ਰੋਕੇ, ਉੱਥੇ ਗਰਮੀ ਬਹੁਤ ਸੀਗੀ ਰੇਗਿਸਤਾਨ ਚ ਹੋਇਆ ਬੀਕਾਨੇਰ ਸਾਈਡ ਤੇ, ਤੇ ਬਾਈ ਗਏ ਵੇਰ ਖਾਣ, ਤੇ ਉੱਥੇ ਕੁਝ ਗੱਲਾਂ ਹੋਈਆਂ ਰਾਜਸਥਾਨੀ ਬੀਕਾਨੇਰ ਜਿਦਾਂ ਸਾਰੇ ਕਹਿੰਦੇ ਆ, ਬੀਕਾਨੇਰ ਮਤਲਬ ਜਿੱਦਾਂ ਕਹਿੰਦੇ ਰੇਗਿਸਤਾਨ ਟਾਈਪ, ਉੱਥੇ ਹੋਇਆ
ਗੁਰਮੀਤ ਗੋਂਡਰ ਕਹਿ ਦਿੰਦੇ ਤੇ ਬਲ ਬਾਈ ਹੋ ਗਿਆ ਉਹਨਾਂ ਦਾ ਸਿਰ ਸਿਰ ਜਾਂਦੀਆਂ ਚੀਜ਼ਾਂ ਉਹਨਾਂ ਨੇ ਲੋਕੇਸ਼ਨਾਂ ਲੱਭੀਆਂ ਫਰੈਸ਼ ਫਰੈਸ਼ ਤੇ ਕਿੰਨੇ ਦਿਨ ਲੱਗ ਗਏ ਸ਼ੂਟ ਹੋਣ ਟੋਟਲੀ 11-12 ਦਿਨ ਦਾ ਸ਼ਡਿਊਲ 11-12 ਦਿਨ ਆਪਣੇ ਅਮਰ ਬਾਈ ਹੋਰੀ ਇਹ ਸੀਟਿੰਗਾਂ ਪਹਿਲਾਂ ਜਿਹੜੀਆਂ ਦਿੱਤੀਆਂ ਉਸ ਚੀਜ਼ ਨੂੰ ਆਪਾਂ ਜਿੰਨੀ ਜਲਦੀ ਮਿਹਨਤ ਵਾਲਾ ਕੰਮ ਹੈ ਉਹ ਉਨੀ ਜਲਦੀ ਨਿਬੇੜਿਆ। ਹੁਣ ਜਿਵੇਂ ਲੋਕ ਗੱਲ ਕਰਦੇ ਕਿ ਮੈਨੂੰ ਬਹੁਤ ਵਧੀਆ ਲੱਗਦੇ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਦੇ ਆ ਕਿਉਂਕਿ ਬੋਲੀ ਕੋਲੀਵੁੱਡ ਟੋਲੀਵੁੱਡ ਨਾਲ ਆਪਾਂ ਚੀਜ਼ਾਂ ਕਰਦੇ ਹਾਂ ਵੀ ਉੱਧਰ ਐਵੇਂ ਹੁੰਦਾ ਇੱਧਰ ਹੁੰਦਾ। ਹੁਣ ਇਹਨਾਂ ਟੀਮ ਨਾਲ ਕੰਮ ਕਰਦੇ ਆ ਇੱਕ ਤਾਂ ਚੀਜ਼ਾਂ ਪਰਫੈਕਟ ਨੇ ਪੇਪਰ ਵਰਕ ਹੋਇਆ ਉਹਦੇ ਕਰਕੇ ਫੁਟੇਜ ਵੀ ਐਕਸਟਰਾ ਨਹੀਂ ਲੈਣੀ ਪੈਂਦੀ ਇਹਨਾਂ ਨੂੰ ਤੇ ਐਕਟਰਾਂ ਦੀ ਪਹਿਲਾਂ ਰਿਹਰਸਲ ਹੋਈ ਹੈ ਮੰਨ ਲਓ ਵਰਕਸ਼ਾਪ ਚੱਲੀ ਹੈ ਸਾਡੇ ਐਕਟਰਾਂ ਦੀ ਫਲੈਟ ਤੇ ਉਹਦੇ ਚ ਜੋ ਸੀਨ ਕਰਨਾ ਉਹ ਪ੍ਰੋਪਰ ਸੀਨ ਹੋਏ ਨੇ ਪਲੱਸ ਮਾਈਨਸ ਡੂ ਡੋਂਟਸ ਜਿਹੜੇ ਅਸੀਂ ਸਾਰੇ ਫਾਈਨਲ ਕਰਕੇ ਹੁਣ ਰਾਤ ਨੂੰ ਸਾਡਾ ਸ਼ੂਟ ਕੰਪਲੀਟ ਹੋ ਗਿਆ ਮੰਨ ਲਓ ਅੱਜ ਸਵੇਰੇ ਉੱਠੇ ਹਾਂ ਅਸੀਂ ਸਵੇਰੇ ਛੇਤੀ ਉੱਠਦੇ ਸੀ ਨੀਂਦ ਘੱਟ ਪੂਰੀ ਹੋਈ ਪਰ ਇੰਨੀ ਵਧੀਆ ਜਦੋਂ ਆਪਣੀ ਮਨ ਪਸੰਦੀਦਾ ਤੁਸੀਂ ਲਾਈਨ ਚ ਕੰਮ ਕਰ ਰਹੇ ਹੋ ਨੀਂਦ ਮਾਇਨੇ ਰੱਖਣੀ ਪੇਪਰ ਵਰਕ ਬਹੁਤ ਅੱਛਾ ਸਟਰੋਂਗ ਸੀਗਾ ਇਹਨਾਂ ਦਾ ਉਹਦੇ ਕਰਕੇ ਕੀ ਹੁੰਦਾ ਸਾਡਾ ਸ਼ੂਟ ਸਾਰਾ ਦਿਨ ਨਿਕਲਿਆ ਈਜ਼ੀਲੀ ਫੁਟੇਜ ਬਹੁਤ ਵੱਧ ਨਿਕਲ ਜਾਂਦੀ ਸੀ ਜਿਹੜੀ ਆਪਾਂ ਐਕਸੈਪਟ ਕੀਤੀ ਹੁੰਦੀ ਸੀਗੀ। ਤੁਸੀਂ ਯਕੀਨ ਨੀ ਕਰਨਾ ਦਿਨ ਚ ਆਪਾਂ ਕਿੰਨੀ ਫੁਟੇਜ ਕੱਢ ਸਕਦੇ ਮਤਲਬ ਜਿਹੜਾ ਮੇਰੇ ਵਾਲੇ ਕਰੈਕਟਰ ਦੀ ਫੁਟੇਜ ਸੀਗੀ ਉਹ ਸਾਰਾ ਸ਼ੂਟ ਇੱਕ ਦਿਨ ਦੇ ਵਿੱਚ ਸਵੇਰ ਤੋਂ ਲੱਗ ਕੇ ਸ਼ਾਮ ਸਤਾਰਾਂ ਮਿੰਟ ਦੀ ਇੱਕ ਦਿਨ ਦੀ ਫੁਟੇਜ ਛੱਬੀ ਦੀ ਆਈ ਥਿੰਕ ਬਾਕੀ ਉਹ ਹਾਂ 26 ਮਿੰਟ ਦੀ ਹੈ ਸ਼ਾਇਦ ਟਾਈਮ ਬਚਾ ਕੇ ਇੰਜੋਏ ਵੀ ਕਰਦੇ ਰਹੇ ਦੇਖੋ ਵੀ ਮੇਕਅਪ ਦੇ ਵੀ ਟਾਈਮ ਲੱਗਦਾ ਸੀਗਾ ਹੋਰ ਮਤਲਬ ਸਾਊਂਡ ਸੈੱਟ ਕਰਨ ਲਈ ਲਾਈਟ ਵਗੈਰਾ ਖਾਣੇ ਤੇ ਵੀ ਟਾਈਮ ਲੱਗਦਾ ਇੰਜੋਏ ਵੀ ਹੱਸੀ ਵੀ ਜਾਂਦੇ ਰਹਿੰਦੇ ਸ਼ਾਮ ਨੂੰ ਇਹ ਗੱਲ ਨੀ ਹੈਗੀ ਵੀ ਸਿਰਫ ਮੇਰੇ ਵਾਲੇ ਸੀਨ ਕੱਢੇ ਜਾਂ ਉਸ ਦਿਨ ਬਾਈ ਹੋਰਾਂ ਵਾਲੀ ਫੁਟੇਜ ਵੀ ਉਸ ਦਿਨ ਕੱਢਿਆ ਸਾਡੀ ਵੀ ਉੱਥੇ ਅਸੀਂ ਫੁਟੇਜ ਕੱਢ ਕੇ ਆਏ ਫਿਰ ਇੱਥੇ ਕੀਤਾ ਮਤਲਬ ਜੇ ਤੁਸੀਂ ਪਹਿਲਾਂ ਤਿਆਰੀ ਕੀਤੀ ਹੈ ਪ੍ਰੋਫੈਸ਼ਨਲ ਤਰੀਕੇ ਨਾਲ ਚੱਲ ਰਹੇ ਤਾਂ ਚੀਜ਼ਾਂ ਬਹੁਤ ਆਸਾਨ ਹੋ ਜਾਂਦੀਆਂ ਆਸਾਨ ਹੋ ਜਾਂਦੀਆਂ ਸਹੀ ਗੱਲ ਹੈ ਤੇ ਆਪਾਂ ਇੱਦਾਂ ਸ਼ੁਰੂ ਕਰਦੇ ਹਾਂ ਕਹਿੰਦਾ ਤਾਂ ਗੇਮ ਖੇਡਦੇ ਆਪਾਂ ਠੀਕ ਹੈ ਯਾਰ ਸਵੇਰ ਦੇ ਅੱਜ ਕੁਐਸਚਨ ਆਨਸਰ ਲੱਗੇ ਹੋਣੇ ਤੇ ਸਾਰਿਆਂ ਨੇ ਬੱਚਿਆਂ ਨੂੰ ਕਿੱਦਾਂ ਰਿਹਾ ਇਹ ਰਿਹਾ ਉਹ ਗੇਮ ਚ ਮੇਰੀ ਕਿਸਮਤ ਥੋੜੀ ਜੀ ਕੋਈ ਨਹੀਂ ਗੇਮ ਆਪਾਂ ਸਿੰਪਲੀ ਖੇਲਾਂਗੇ ਪਰ ਸੂਡਾ ਜਿਹੜਾ ਕਿ ਏਬੀਸੀ ਜਿਹੜਾ ਮਰਜ਼ੀ ਰੱਖ ਲਓ ਪੱਕਾ ਉੜਾ ਜਿਹੜਾ ਪਹਿਲ ਵੀ ਪੰਜਾਬੀ ਨੂੰ ਹੈ ਦੋਨੇ ਰੱਖ ਲੈਂਦੇ ਮੈਂ ਉੜਾ ਜਿਹੜਾ ਕਰ ਲੂ ਬਾਈ ਹੋਰੀ ਰੱਖਣੀ ਪੈਣੀ ਨਹੀਂ ਆਪਾਂ ਇੱਦਾਂ ਰੱਖਦੇ ਨਾ ਥੋੜਾ ਜਿਹਾ ਸਸਪੈਂਸ ਸਾਰੀ ਸਸਪੈਂਸ ਹੈ ਇੱਥੇ ਵੀ ਸਸਪੈਂਸ ਰੱਖਦੇ ਇੱਥੇ ਉੜਾੜਾ ਤੇ ਆਪਾਂ ਏਬੀਸੀ ਕਿੱਥੇ ਦੱਸ ਚਲੋ ਇਕੱਠੀ ਕਰ ਲੈਂਦੇ ਆ ਉਹ ਏਬੀਸੀ ਵੀ ਚੱਲੂ ਉੜਾੜਾ ਵੀ ਚੱਲੂ ਠੀਕ ਹੈ ਕਨਵਰਸੇਸ਼ਨ ਕਰਨੀ ਹੈ ਓਕੇ ਜਿੱਦਾਂ ਏ ਟੂ ਜ਼ੈਡ ਕਨਵਰਸੇਸ਼ਨ ਹੋਗੀ ਓਕੇ ਏ ਤੇ ਆਇਆ ਚਲੀਏ ਬੀ ਤੇ ਉਹ ਪੈ ਜਾ ਨਹੀਂ ਜਾਣਾ ਮੈਂ ਠੀਕ ਹੈ ਨਾ ਇੱਦਾਂ ਕੋਈ ਵੀ ਕਨਵਰਸੇਸ਼ਨ ਕਰਨੀ ਹੈ ਤੁਸੀਂ ਉੜਾੜਾ ਹੀ ਬਤਾ ਦੋ ਵਿੱਚ ਬਟ ਚੱਲਣਾ ਸੀਰੀਅਸ ਟਾਈਪ ਪੈਣਾ ਜਿੱਦਾਂ ਏ ਬੀ ਸੀ ਡੀ ਈ ਐਫ ਉੜਾੜਾ ਇਹਦੀ ਸਸਾ ਹੱਕ ਕਰਦਾ ਇਸ ਹਿਸਾਬ ਨਾਲ ਤੁਹਾਨੂੰ ਅੱਛਾ ਮਤਲਬ ਉਹਨੇ ਸਟਾਰਟਿੰਗ ਕੀਤਾ ਏ ਤੋਂ ਕੀਤਾ ਪਰ ਏ ਤੋਂ ਤੁਸੀਂ ਬੀ ਤੋਂ ਬੋਲਣਾ ਬੀ ਤੋਂ ਜਵਾਬ ਫਿਰ ਇਹਨਾਂ ਨੇ ਸੀ ਤੋਂ ਦੇਣਾ ਤੁਸੀਂ ਡੀ ਤੋਂ ਦੇਣਾ ਠੀਕ ਹੈ ਕਨਵਰਸੇਸ਼ਨ ਕ੍ਰੀਏਟ ਕਰਨੀ ਹੈ ਠੀਕ ਹੈ ਤੇ ਰੱਖੇ ਸਸਪੈਂਸ ਠੀਕ ਹੈ ਅੱਛਾ ਸਸਪੈਂਸ ਰੱਖੇ ਸਸਪੈਂਸ ਰੱਖੋ ਓਕੇ ਏ ਤੋਂ ਕੋਈ ਵੀ ਸ਼ੁਰੂ ਕਰੋ ਪਹਿਲਾਂ ਏ ਤਾਂ ਏ ਫਰ ਆ ਜਾ ਚੱਲੀਏ ਬਾਈ ਮਨ ਨਹੀਂ ਹੈਗਾ ਉਹ ਚੱਲ ਯਾਰ ਬੀ ਦੇਖ ਲਾਂਗੇ ਐਵੇਂ ਨਾ ਕਰ ਫਾਲਤੂ ਟਾਈਮ ਨਾ ਖਰਾਬ ਕਰ
ਗੁਆਂਢੀਆਂ ਦੀ ਜਾਣਾ ਐਚ ਹੋਰ ਕਿੱਥੇ ਜਾਣਾ ਗੁਆਂਢੀਆਂ ਦੀ ਜਾਣਾ ਇੱਕ ਗੱਲ ਤਾਂ ਮੰਨ ਲਿਆ ਕਰ ਯਾਰ ਜੋ ਮਰਜ਼ੀ ਕਿਹਾ ਮੈਂ ਨੀ ਜਾਣਾ ਜ਼ਿਆਦਾ ਸੀਰੀਅਸ ਚੱਲ ਵੀ ਕਾਂਵਲੀਆਂ ਨਾ ਮਰਿਆ ਕਰ ਚੱਲ ਕੇ ਜੇ ਕੇ ਐਲ ਤੂੰ ਲੱਲਿਆਂ ਵੱਡੀ ਜਾ ਯਾਰ ਡੀ ਤੇ ਆਇਆ ਤੂੰ ਅੱਛਾ ਲੱਲੀਆਂ ਨੀ ਵੱਡੀ ਦੀ ਹੁੰਦੀਆਂ ਸਹੀ ਸੀ ਬਾਈ ਸਹੀ ਸੀ ਜੇ ਕੇ ਮੂੰਹੋਂ ਚੰਗੀ ਗੱਲ ਕਰੀ ਦੀ ਹੁੰਦੀ ਹੈ ਨਹੀਂ 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 ਜਾਣਾ ਨਹੀਂ ਜਾਣਾ ਤਾਂ ਨਹੀਂ ਜਾਣਾ ਉਹ ਭਰਾ ਵਾ ਮੰਨ ਗਿਆ ਯਾਰ ਵੀ ਪਾਪੇ ਨੂੰ ਪੁੱਛ ਲਾ ਪਹਿਲਾਂ ਫਿਰ ਦੇਖ ਲਾਂਗੇ ਪਾਪਾ ਮੰਨਦਾ ਨਹੀਂ ਗਾ ਤਾਏ ਕਹਿੰਦੀ ਉਹ ਤਾਂ ਮਨਜ਼ੂਰੀ ਆ ਵੀ ਕਿਉਂ ਆ ਨਾ ਕਿਉਂ ਤੇ ਕਿਹੜਾ ਫਿੱਟਾ ਆ ਗਿਆ ਯਾਰ ਕੀ ਕਿਉਂ ਕਿਉਂ ਰੱਬ ਤੇ ਪਾਪਾ ਇੱਕੋ ਬਰਾਬਰ ਹੀ ਸ਼ਾਬਾਸ਼ੀ ਤਾਂ ਹੀ ਮੈਂ ਕਹਿਣਾ ਤੂੰ ਛੋਟੀ ਛੋਟੀ ਗੱਲਾਂ ਨੂੰ ਮਜ਼ਾਕ ਬਣਾ ਲੈਣਾ ਵਾਧੂ ਗੱਲਾਂ ਆ ਗਈਆਂ ਭਰਾ ਵਾਹ ਐਰਐਸਟੀ ਹੈ ਨਾ ਟੀ 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 ਐਰਐਸਟੀ ਮੈਂ ਇਹਨੇ ਬੋਲਿਆ ਬੋਲਿਆ ਨਾ ਹਾਂ ਐਰਐਸਟੀ ਵੀ ਠੀਕ ਹੈ ਵਾਧੂ ਗੱਲਾਂ ਸੀ ਟੀ ਯੂ 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 ਤੇ ਆਉਂਦਾ ਯਾਰ ਮੈਨੂੰ ਇਹ ਕਿਸੇ ਟੱਪਲ ਕੀ ਉਹੀ ਨਾ ਕਰੀ ਜਾਇਆ ਕਰ ਹਾਂ ਸਹੀ ਆ ਵੀ ਤੇ ਮੁਝੇ ਵਾਹ ਆ ਵੀ ਠੀਕ ਹੈ ਉਹੀ ਗੱਲਾਂ ਕਰੀ ਜਾਇਆ ਕਰ ਗੱਲ ਕਰਨੀ ਹੁੰਦੀ ਤਾਂ ਵੇਖ ਲਾ ਯਾਰ ਬਟਰ ਲਿਆਓ ਮੈਨੂੰ ਪਤਾ ਉਹਨੂੰ ਦੇ ਕੇ ਜਾਵੇ ਇੱਥੇ ਮੈਂ ਗਾਣਾ ਲਾਉਂਗਾ ਰੀਲ ਕੱਟ ਕੇ ਖੁੰਡੀ ਹੈ ਸਿਰ ਪਸ ਗਈ ਐਕਸ ਤੇ ਯਾਰ ਐਕਸ ਤੇ ਕੀ ਹੋ ਸਕਦਾ ਐਕਸ ਤੇ ਕੋਈ ਪੰਜਾਬੀ ਵਰਡ ਹੀ ਨਹੀਂ ਬੈਠਦੇ ਐਕਸ ਤੇ ਕ੍ਰਿਸਮਸ ਵੀ ਆਈ ਥਿੰਕ ਸੀਨ ਹੁੰਦਾ ਨਾ ਐਕਸ ਤੋਂ ਹੁੰਦਾ ਨਾ ਐਕਸਮਸ ਐਕਸਮਸ ਤੇ ਚੱਲਾਂਗੇ ਹੁਣ ਤਾਂ ਇੰਨੀ ਮਿਹਨਤ ਕਰ ਹੀ ਨਹੀਂ ਵੀ ਚਲੋ 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 ਐਕਸਮਸ ਤੇ ਦੇਖ ਲਾਂਗੇ ਵਾਈ ਯੈਂਕੀ ਦੇਖ ਲੈਂਦੇ ਫਿਰ ਜ਼ੈਡ ਤੇ ਜ਼ਰੂਰ ਜਨਾਬ ਜ਼ਰੂਰ ਚੱਲਦੇ ਹੋ ਗਈ ਇੰਗਲਿਸ਼ ਦਾ ਆਪਾਂ ਉਹ ਕਰਤਾ ਥੋੜਾ ਜਿਹਾ ਕਾਫੀ ਕੁਛ ਹੀ ਕਰਤਾ ਤੇ ਭਾਜੀ ਇੱਕ ਵਾਰ ਸਰਕਾਰੀ ਅਪੀਲ ਸਾਰਿਆਂ ਨੂੰ ਆਪਣੇ ਅਗਲੇ ਐਪੀਸੋਡਾਂ ਲਈ ਸਤਿ ਸ੍ਰੀ ਅਕਾਲ ਜੀ ਤੇ ਤੁਸੀਂ ਆ ਵੇਖੀਆਂ ਸਾਡੀ ਗੱਲਾਂ ਤੇ ਦੋ ਐਪੀਸੋਡ ਵੇਖ ਚੁੱਕੇ ਹੋ ਤੁਸੀਂ ਸਰਕਾਰੀ ਪ੍ਰਾਈਵੇਟ ਸਾਰੀਆਂ ਅਪੀਲਾਂ ਨੇ ਸਾਡੀਆਂ ਲਿਮਿਟਿਡ ਪ੍ਰਾਈਵੇਟ ਵੀ ਤੇ ਅੱਗੇ ਗਾਣੇ ਵੀ ਆਉਣੇ ਆ ਤੇ ਸੀਰੀਜ਼ ਦੇ ਹੋਰ ਐਪੀਸੋਡ ਵੀ ਆਉਣੇ ਆ ਤੁਸੀਂ ਭਰਵਾਂ ਹੁੰਗਾਰਾ ਦਿਓਗੇ ਤਾਂ ਫਿਰ ਕੀ ਪਤਾ ਅਸੀਂ ਕੋਈ ਹੋਰ ਸਸਪੈਂਸ ਵੀ ਕ੍ਰੀਏਟ ਕਰਕੇ ਤੇ ਸਰਪ੍ਰਾਈਜ਼ ਦੇ ਦਈਏ ਬਾਕੀ ਜ਼ਰੂਰ ਦੇਖਿਓ ਚੰਗੀ ਲੱਗਣੀ ਆ ਤੁਹਾਨੂੰ ਉਮੀਦ ਕਰਦੇ ਆ ਵੀ ਚੰਗੀ ਜ਼ਰੂਰ ਲੱਗੂਗੀ ਕਿਉਂਕਿ ਮਿਹਨਤ ਨਾਲ ਬਣਾਈ ਆ ਸਾਰੀ ਟੀਮ ਨੇ ਤੇ ਸ਼ੇਅਰ ਜ਼ਰੂਰ ਕਰਿਓ ਚੰਗੀ ਲੱਗੇ ਬਾਕੀ ਜੇ ਕੀ ਚੀਜ਼ ਚੰਗੀ ਲੱਗੀ ਹੈ ਕੀ ਨਹੀਂ ਚੰਗੀ ਲੱਗੀ ਉਹ ਵੀ ਥੱਲੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਤਾਂ ਕਿ ਅੱਗੇ ਵਾਸਤੇ ਸਾਡੀ ਟੀਮ ਹੋਰ ਵਧੀਆ ਉਸ ਚੀਜ਼ ਨੂੰ ਬਣਾ ਸਕੇ ਜੀ ਬਾਕੀ ਜ਼ਰੂਰ ਦੇਖਿਓ ਸਾਰੇ ਜ਼ਰੂਰ ਦੇਖਿਓ ਸਾਰੇ ਤੇ ਉਹ ਆਖਿਰ ਕੀ ਕਹਿੰਦੇ ਹੁੰਦੇ ਉਹ ਆਪਾਂ ਕਹਿਣਾ ਨਹੀਂਗਾ ਤੇ ਵਧੀਆ ਲੱਗੂਗੀ ਬੇਸ਼ੱਕ ਵਧੀਆ ਲੱਗੂਗੀ ਤੇ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਕੁਛ ਸ਼ਬਦ ਤੁਹਾਡੇ ਨਾਲ ਰੂਬਰੂ ਕੀਤੇ ਥੈਂਕ ਯੂ ਜੀ ਥੈਂਕ ਯੂ ਕਰਦੇ ਇੰਸਪੈਕਟਰ ਸਾਹਿਬ ਨੂੰ ਸਲਾਮ ਮਕੈਨਿਕ ਸਾਹਿਬ ਨੂੰ ਸਲਾਮ ਤੁਸੀਂ ਭਰਵਾਂ ਹੁੰਗਾਰਾ ਭਰੋਗੇ ਕੀ ਪਤਾ ਸੀ ਅੱਗੇ ਕਿਤੇ ਮੋੜ ਤੇ ਲੱਗ ਰਹੀ ਜਾਏਗੀ ਮੈਂ ਕਿਹਾ ਮਿਲਿਆ ਕੋਈ ਨਹੀਂ ਠੀਕ ਹੈ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ